जी सारे सत श्रीकाल, मैं के आर सुपल पप्पल म्यूजिक यूके। कुछ दो दिन तो मेरे कॉल्स आ रहे भी एक ऑडियो वायरल की गई है जिद वो कह रहे हैं भी मैं गुरु महाराज रविदास जी नदघट बोलिया, तो मैं थोनू यदि जी असलीयत है दस लगना। आ मेरे हथ में है कॉन्ट्रैक्ट, यह नीतू विक ने साइन किया पांच साल लिए जनवरी 2020 सारिया कंडीशन 30 लाख रुपया लैके सारिया कंडीशन तोड़ चुकी है। उदो बाद 8 पेज का केस 25 तरीक खिलाफ फाइल होया कोर्ट के लुधियाने। ए सारिया सैक्शन आ जो भी इन्हें गलतियां की ब्रीच ऑफ कॉन्ट्रैक्ट यह लगभग 60-65 लाख रुपया उसके पै रहा। इस तो पहला उन्हें मैनु कुछ ऑडियो तैयार करके देखो जेडे गाने मैं रोके आ मैं पूरा हक से रोकण का क्योंकि उन्हें जड़िया कॉन्ट्रैक्ट कंडीशन से तोड़िया। उदो बाद जो सा डिस्प्यूट पै गया फिर मैं ब्लैकमेल कर लग पी, तो हम एक साल तो लगभग 8-10 महीने तो मैं ब्लैकमेल कर रही है। उस सारिया सारा कॉन्वरसेशन उन्हें रिकॉर्ड की जाके दिल्ली 4 दिन ला के आई है, मैंने नहीं पता कितने गई कहने को गई है, पर 4 जड़िया ऑडियो यह बनाई गई। बाकी देखो असि मानते हाँ भी कलाकारी साडा मजहब आ, इंसानियत साडा मजहब आ, हरेक मजहब की मैं रिस्पैक्ट करदा। देखो असी गुरु रविदास महाराज की पूरी रिस्पैक्ट करते हैं, सत्कार करते हैं। मैं की गेन करना उन्होंने बद घट बोल के। देखो मेरी म्यूजिक फैमिली दे विच हरेक बरादरी का बंदा असी एक प्लेट दे विच रोटी खाने बह के। तुसी जेडे नहीं जानते तुसी लुधियाने तो कलाकारा तो पता कर लो भी की साडी स्टेटस आ, ਤਕੀ ਅਸੀਂ ਕਿੰਨੇ ਕੁ ਚੰਗੇ ਤਾਂ ਕਿੰਨੇ ਕੁ ਮਾੜੇ ਆ। ਬਾਕੀ ਦੇਖੋ ਮੈਨੂੰ ਬਲੈਕਮੇਲ ਕੀਤਾ ਗਿਆ ਤੇ ਹੁਣ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ। ਮੈਂ ਫਿਰ ਵੀ ਦੇਖੋ ਨੀਵੇਂ ਹਾਂ ਤਾਂ ਨੀਵੇਂ ਹੀ ਰਹਿਣਾ, ਤਾਂ ਫਿਰ ਨੀਵਾਂ ਹੋ ਕੇ ਕਹਿਣਾ ਵੀ ਸਾਡਾ ਕਿਸੇ ਕਮਿਊਨਿਟੀ ਦੇ ਨਾਲ ਕਿਸੇ ਵੀ ਮਜ਼ਹਬ ਦੇ ਨਾਲ, ਬਲਕਿ ਮੈਂ ਤਾਂ ਹਰੇਕ ਬੰਦੇ ਨੂੰ ਇਨਕਰੇਜ ਕਰੂੰਗਾ ਵੀ ਆਪਣੇ ਮਜ਼ਹਬ ਦੇ ਵਿੱਚ ਖੁਸ਼ ਰਹੋ, ਉਹਨੂੰ ਪ੍ਰਮੋਟ ਕਰੋ। ਰੱਬ ਇੱਕ ਆ, ਰਸਤੇ ਵੱਖਰੇ ਆ, ਰੱਬ ਜੇ ਇੱਕ ਆ ਤਾਂ ਸਾਡੇ ਰਸਤੇ ਜਿਹੜੇ ਮਰਜ਼ੀ ਹੋਣ ਅਸੀਂ ਉੱਥੇ ਮੰਜ਼ਿਲ ਤੇ ਪਹੁੰਚਣਾ। ਬਾਕੀ ਇੱਕ ਵਾਰੀ ਫੇਰ ਮੈਂ ਕਹਿੰਦਾ ਵੀ ਜੇ ਮੇਰੀ ਖਾਤਰ ਕਿਸੇ ਨੂੰ ਵੀ ਕੋਈ ਠੇਸ ਆਈ ਆ ਜਾਂ ਕਿਸੇ ਨੂੰ ਕੋਈ ਡੈਮੇਜ ਹੋਇਆ, ਮੈਂ ਹੱਥ ਬੰਨ ਕੇ ਮਾਫ਼ੀ ਮੰਗਦਾ ਸਾਰੀ ਪਬਲਿਕ ਦੇ ਕੋਲੋਂ। ਬਟ ਦੇਖੋ ਮੈਂ ਆਪਣੀ ਸਫਾਈ ਜਿਹੜੀ ਪੇਸ਼ ਕੀਤੀ ਹੈ ਬਿਲਕੁਲ ਸੱਚ ਆ, ਇਹ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਓ ਵੀ ਅਸੀਂ ਕਿਹੋ ਜਿਹੇ ਇਨਸਾਨ ਹਾਂ। ਤੇ ਬਾਕੀ ਹਜੇ ਵੀ ਜੇ ਕਿਸੇ ਨੂੰ ਡਾਊਟ ਹੋਵੇ ਤਾਂ ਮੇਰੇ ਨਾਲ ਮੀਟਿੰਗ ਜਿੱਥੇ ਮਰਜ਼ੀ ਰੱਖ ਸਕਦਾ, ਘਰ ਮੇਰੇ ਆ ਜਾਓ, ਆਫਿਸ ਆ ਜਾਓ, ਜਿੱਥੇ ਤੁਸੀਂ ਮੇਰੇ ਨਾਲ ਮਿਲ ਲਓ। ਕੋਈ ਆਪਾਂ ਨੂੰ ਡਰ ਨਹੀਂ ਕਿਉਂਕਿ ਸੱਚੇ ਬੰਦਾ ਲੱਭਦਾ ਨਹੀਂ, ਨਾ ਸਾਨੂੰ ਕੋਈ ਡਰਿਆ, ਅਸੀਂ ਬਿਲਕੁਲ ਸੱਚੇ ਹਾਂ। ਇਹ ਸਾਡੇ ਨਾਲ ਹੈਲਥ ਕੀਤੀ ਗਈ ਆ, ਤਾਂ ਇਹ ਮੈਂ ਸਾਰੀ ਪਬਲਿਕ ਨੂੰ ਕਹੂੰਗਾ ਵੀ ਤੁਸੀਂ ਅੰਡਰਸਟੈਂਡ ਕਰੋ ਵੀ ਇਹ ਮੋਟਿਵ ਕੀ ਆ। ਬਲੈਕਮੇਲ ਕੀਤਾ ਗਿਆ ਵੀ ਨੀਤੂ ਵਿਰਕ ਕਹਿੰਦੀ ਆ ਵੀ ਮੈਂ ਤੇਰੀਆਂ ਕੱਲੀਆਂ ਕੱਲੀਆਂ ਵੀਡੀਓ ਵਾਇਰਲ ਕਰੂੰਗੀ, ਨਹੀਂ ਤਾਂ ਮੇਰਾ 60 ਲੱਖ ਜਿਹੜਾ ਮੈਂ ਦੇਣਾ ਕੈਂਸਲ ਕਰਕੇ ਤਾਂ ਕੰਟਰੈਕਟ ਪਾੜ ਕੇ ਦੇਖ ਜਾ, ਤੇ ਉਹ ਕਿਸੇ ਕੀਮਤ ਤੇ ਨਹੀਂ ਹੋ ਸਕਦਾ। ਸੋ ਮੈਂ ਹੋਪ ਕਰਦਾ ਤੁਸੀਂ ਸਾਰੇ ਅੰਡਰਸਟੈਂਡ ਕਰੋਗੇ ਮੇਰਾ ਸਿਚੁਏਸ਼ਨ। ਬਾਕੀ ਜਿਸੇ ਕਿਸੇ ਹੋਰ ਬੰਦੇ ਨੂੰ ਕੋਈ ਵੀ ਕਲੈਰੀਫਿਕੇਸ਼ਨ ਚਾਹੀਦੀ ਆ, ਕਿਸੇ ਦੇ ਪੇਪਰ ਦੇਖਣੇ ਆ, ਪਲੀਜ਼ ਫੋਨ ਕਰੋ। ਤੁਹਾਨੂੰ ਪੇਪਰ ਕੰਟਰੈਕਟ ਇਹਦਾ ਤੇ ਜਿਹੜਾ ਕੇਸ ਦਰਜ ਹੋਇਆ ਉਹਦੀ ਸਾਰੀ ਡਿਟੇਲਸ ਤੁਹਾਨੂੰ ਭੇਜੀ ਜਾਏਗੀ। ਬਾਕੀ ਇੱਕ ਚੀਜ਼ ਨੋਟ ਵਰਦੀ ਇਹ ਆ ਕਰਨ ਵਾਲੀ ਵੀ 25 ਤਰੀਕ ਨੂੰ ਮੈਂ ਆਲਰੇਡੀ ਇਹ ਜਿਹੜੀਆਂ ਆਡੀਓ ਇਹ ਹੁਣ ਵਾਇਰਲ ਕਰ ਰਹੀ ਆ ਇਹਨਾਂ ਦਾ ਵੇਰਵਾ ਆਲਰੇਡੀ ਕੋਰਟ ਦੇ ਵਿੱਚ ਦਰਜ ਹੋ ਚੁੱਕਾ, ਤਾਂ ਮੈਨੂੰ ਕੀ ਲੋੜ ਸੀ? ਮੈਨੂੰ ਇਹ ਸੀ ਕਿ ਮੈਂ ਬਲੈਕਮੇਲ ਦੇ ਥੱਲੇ ਨਹੀਂ ਆਉਣਾ ਜੋ ਮਰਜ਼ੀ ਹੋ ਜਾਵੇ। ਸੋ ਬਾਕੀ ਇਹ ਹੁਣ ਤੁਹਾਡੇ ਦੇਖੋ ਥੋੜੀ ਕਚਹਿਰੀ ਵਿੱਚ ਆ, ਬਾਕੀ ਤੁਹਾਡੀ ਮਰਜ਼ੀ ਹੈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।